ਬੀਤੇ ਦਿਨੀ ਜਨਰਲ ਸਮਾਜ ਮੰਚ ਦੇ ਐਕਸ਼ਨ ਵਿੱਚ ਆਉਣ ਦੇ ਨਾਲ ਤੇ ਚਾਰ ਹਿੰਦੂ ਨੇਤਾਵਾਂ ਦੀ ਰਿਹਾਈ ਲਈ ਧਰਨਾ ਦਿੱਤਾ ਗਿਆ ਸੀ। ਉੱਥੇ ਹੀ ਅੱਜ ਦਲਿਤ ਸਮਾਜ, ਸਿੱਖ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਫਗਵਾੜਾ ਦੇ ਹਰਗੋਬਿੰਦ ਨਗਰ ਵਿਖੇ ਅੰਬੇਦਕਰ ਪਾਰਕ ਵਿੱਚ ਇਕੱਠੇ ਹੋਏ ਅਤੇ ਨਾਇਬ ਤਹਿਸੀਲਦਾਰ ਫਗਵਾੜਾ ਕਰਮਜੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਵਤਨ ਕੀ ਰਾਹੇ ਤੋਂ ਕੈਮਰਾਮੈਨ ਧਰੁਵ ਕਲੂਚਾ ਦੇ ਨਾਲ ਸੁਨੀਤਾ ਮਦਾਨ ਦੀ ਰਿਪੋਰਟ। ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਕਮਲਜੀਤ ਜੀ, ਜਿਹਨਾਂ ਨੇ ਸਮਾਂ ਬਖਸ਼ਿਸ਼ ਕੀਤਾ। ਸਮੇਂ ਨੂੰ ਹੈ ਮੰਗ, ਸਵੇਰੇ ਹੱਕਾਂ ਵਾਲੀ ਜੰਗ ਸਿੰਘ ਰਾਓ ਦੀ ਤਮੰਨਾ ਬਾਜਾ ਮਾਰਦੀ, ਸਿੰਘ ਰਾਓ ਦੀ ਤਮੰਨਾ ਬਾਜਾ ਮਾਰਦੀ। ਹਾਂਜੀ, ਮਾਨਯੋਗ ਐਸ ਡੀ ਐਮ ਸਾਹਿਬ ਅਤੇ ਸਮੁੱਚੀ ਐਡਮਿਨਿਸਟ੍ਰੇਸ਼ਨ, ਅੱਜ ਦਾ ਇਹ ਧਰਨਾ ਪ੍ਰਦਰਸ਼ਨ ਜੋ ਕਿ 13 ਅਪ੍ਰੈਲ 2018 ਨੂੰ ਸੰਵਿਧਾਨ ਚੌਂਕ ਵਾਸਤੇ ਜਿਹਨਾਂ ਸਾਡੇ ਸਾਥੀਆਂ ਨੇ ਸ਼ਹਾਦਤ ਦਾ ਜਾਮ ਵੀ ਪੀ ਲਿਆ ਔਰ ਜਿਹਨਾਂ ਦੋਸ਼ੀਆਂ ਨੇ ਗਲਤ ਅਨਸਰਾਂ ਨੇ ਉਸ ਸੰਵਿਧਾਨ ਚੌਂਕ ਦੇ ਮੁੱਦੇ ਨੂੰ ਲੈ ਕੇ 13 ਤਰੀਕ ਦੀ ਦਰਮਿਆਨੀ ਰਾਤ ਜਿਹੜਾ ਸਾਡੇ ਸਾਥੀਆਂ ਨੂੰ ਸ਼ਹੀਦ ਕੀਤਾ, ਅੱਜ ਫਗਵਾੜੇ ਦੀ ਧਰਤੀ 'ਤੇ ਜਨਰਲ ਸਮਾਜ ਜਾਂ ਸ਼ਿਵ ਸੈਨਾ ਦਾ ਨਾਮ ਲੈ ਕੇ ਕੁਝ ਲੋਕ ਜਿਹੜੇ ਫਗਵਾੜੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹੈ। ਮੈਂ ਪਹਿਲਾਂ ਕਿਹਾ ਸਾਰੇ ਜਿਹੜੇ ਸਰ ਜੀ, ਮੇਰਾ ਨਾਂ ਕਮਲਜੀਤ। ਕਮਲਜੀਤ, ਕਿਸ ਮਾਮਲਾ ਮੰਗ ਪੱਤਰ? ਅੱਜ ਸਾਡਾ ਮੰਗ ਪੱਤਰ ਔਰ ਇਕੱਤਰਿਤ ਹੋਣ ਦਾ ਮਕਸਦ, ਜੋ ਲਗਭਗ 2 ਸਾਲ ਦਾ ਸਮਾਂ ਬੀਤਣ ਵਾਲਾ ਹੈ, 13 ਅਪ੍ਰੈਲ 2018 ਨੂੰ ਫਗਵਾੜੇ ਦੀ ਧਰਤੀ 'ਤੇ ਅੰਬੇਡਕਰੀ ਯੋਧਿਆਂ ਨੇ ਆਪਣੇ ਮਹਾਨ ਰਹਿਬਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨਾਮ 'ਤੇ ਸੰਵਿਧਾਨ ਚੌਂਕ ਦੀ ਇੱਕ ਡਿਮਾਂਡ, ਕਿਉਂਕਿ ਇੱਕ ਫਲੈਕਸ ਲਗਾਇਆ ਗਿਆ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਦੂਸਰੇ ਦਿਨ ਜਨਮ ਦਿਨ ਸੀ ਔਰ 13 ਤਰੀਕ ਦੀ ਜਿਹੜਾ ਦਿਨ ਨੂੰ ਉਹ ਬੋਰਡ ਲਗਾਇਆ ਗਿਆ ਜਿਸ 'ਤੇ ਸੰਵਿਧਾਨ ਚੌਂਕ ਲਿਖਿਆ ਗਿਆ। ਲੇਕਿਨ ਮਨੂਵਾਦੀ ਅਤੇ ਜਾਤੀਵਾਦੀ ਮਾਨਸਿਕਤਾ ਅਧੀਨ ਉਸ ਗੱਲ ਨੂੰ ਨਾ ਬਰਦਾਸ਼ਤ ਕਰਦੇ ਹੋਏ ਸ਼ਿਵ ਸੈਨਾ ਜਾਂ RSS ਔਰ ਜਨਰਲ ਸਮਾਜ ਦਾ ਨਾਂ ਲੈ ਕੇ ਕੁਝ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਹਥਿਆਰਬੰਦ ਹੋ ਕੇ ਉਹਨਾਂ ਨੇ ਹੱਥੇ ਨੌਜਵਾਨ ਯੋਧਿਆਂ ਅਤੇ ਅੰਬੇਡਕਰੀ ਸਾਥੀਆਂ 'ਤੇ ਹਮਲਾ ਕਰ ਦਿੱਤਾ, ਜਿਹਦੇ ਵਿੱਚ ਸਾਡੇ ਸਮਾਜ ਦਾ ਇੱਕ ਸਾਥੀ ਜਸਵੰਤ ਬੌਬੀ ਸ਼ਹਾਦਤ ਦਾ ਜਾਮ ਪੀ ਗਿਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਔਰ ਅੱਜ ਜਦੋਂ ਦੋਸ਼ੀ ਜੇਲ੍ਹ ਦੇ ਵਿੱਚ ਹੈ, ਲਗਭਗ 2.5 ਸਾਲ ਦਾ ਸਮਾਂ ਹੋ ਗਿਆ, 2 ਸਾਲ ਹੋਣ ਵਾਲੇ ਹੈ, ਔਰ ਅੱਜ ਦੋਸ਼ੀਆਂ ਨੂੰ ਬਚਾਉਣ ਵਾਸਤੇ ਫਗਵਾੜੇ ਦੇ ਅੰਦਰ ਜਨਰਲ ਸਮਾਜ ਦਾ ਨਾਂ ਲੈ ਕੇ ਕੁਝ ਲੋਕ ਜਾਂ ਸ਼ਿਵ ਸੈਨਾ ਦੀ ਆੜ ਦੇ ਵਿੱਚ ਕਹਿ ਰਹੇ ਹੈ ਕਿ ਜੇਲ੍ਹਾਂ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ, ਨਹੀਂ ਤਾਂ ਅਸੀਂ ਆਹ ਕਰ ਦਿਆਂਗੇ ਜਾਂ ਜੇ ਕਰ ਦਿਆਂਗੇ। ਸੋ ਅਸੀਂ ਸਮੁੱਚੇ ਬਹੁਜਨ ਸਮਾਜ ਵੱਲੋਂ, ਬਹੁਜਨ ਫਰੰਟ ਪੰਜਾਬ ਵੱਲੋਂ ਅਤੇ ਸਰਬ ਸਮਾਜ ਵੱਲੋਂ ਅੱਜ ਡਾਕਟਰ ਅੰਬੇਡਕਰ ਪਾਰਕ ਹਰਗੋਬਿੰਦ ਨਗਰ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮਾਨਯੋਗ ਐਸ ਡੀ ਐਮ ਸਾਹਿਬ ਨੂੰ ਇੱਕ ਮੈਮੋਰੈਂਡਮ ਦਿੱਤਾ, ਜਿਹਦੇ ਵਿੱਚ ਡਿਮਾਂਡ ਕੀਤੀ ਗਈ ਹੈ ਕਿ ਧਮਕੀਆਂ ਅੱਗੇ ਨਾ ਚੁੱਕਿਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਹਰ ਸੰਭਵ ਉੱਦਮ ਉਪਰਾਲੇ ਕੀਤੇ ਜਾਣ। ਅੱਜ ਦਾ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸ਼ਾਮਿਲ ਹੋਈਆਂ, ਸੋ ਸਾਡੇ ਵੱਲੋਂ ਸਾਰੀਆਂ ਸੰਗਤਾਂ ਦਾ, ਸਰਬ ਸਮਾਜ ਦਾ ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ। ਬੜਾ ਵਿਸ਼ਵਾਸ ਦਵਾਨਾ ਵੀ ਜੋ ਵੀ ਤੁਸੀਂ ਇਹ ਆਪਣੀਆਂ ਜੋ ਪ੍ਰੋਬਲਮ ਜੋ ਡਿਮਾਂਡਸ ਸਾਨੂੰ ਦਿੱਤੀਆਂ ਨੇ, ਅਸੀਂ ਇਨ ਬਿਨੇ ਇਹਨਾਂ ਦੀ ਸਾਰੀ DC ਸਾਹਿਬ ਨਾਲ, SSP ਸਾਹਿਬ ਨਾਲ ਇਹਦੀ ਪੂਰੀ ਸਾਰੀ ਸਮੀਖਿਆ ਕਰਨ ਤੋਂ ਬਾਅਦ ਸਾਡੇ ਵੱਲੋਂ ਇਹੀ ਕੋਸ਼ਿਸ਼ ਹੈ ਵੀ ਜਿਹਦਾ ਵੀ ਜੋ ਵੀ ਬਣਦਾ ਕਾਨੂੰਨ ਦਾ ਕੰਮ ਹੈਗਾ ਉਹ ਵੈਸੇ ਸਬ ਡਿਵੀਜ਼ਨ ਹੈ ਚੱਲ ਹੀ ਰਿਹਾ, ਜਦੋਂ ਮਾਮਲਾ ਅਦਾਲਤ ਦੇ ਵਿੱਚ ਹੋਵੇ। ਵੈਸੇ ਤਾਂ ਇਸ ਬਾਰੇ ਅਸੀਂ ਕੁਛ ਬਾਹਲਾ ਨਹੀਂ ਕਹਿ ਸਕਦੇ, ਪਰ ਫਿਰ ਵੀ ਜਿੰਨਾ ਤੁਹਾਨੂੰ ਅੱਜ AK ਦਾ ਸਵਾਲ ਸਬੂਤ ਦਿੱਤਾ ਅਤੇ ਬਹੁਤ ਵਧੀਆ ਆਪਣਾ ਜੋ ਪ੍ਰਦਰਸ਼ਨ ਕਰ ਰਹੇ ਹੋ, ਇੱਕ ਦਾਇਰੇ 'ਚ, ਇੱਕ ਮਰਿਆਦਾ 'ਚ ਰਹਿ ਕੇ ਕਰ ਰਹੇ ਹੋ। ਇਸ ਬਾਰੇ ਮੈਂ ਸਾਰੇ ਜਿੰਨੇ ਵੀ ਉਰੇ ਆਏ ਨੇ ਉਹਨਾਂ ਨੇ ਇਹਦੇ ਵਾਸੀ ਫਗਵਾੜੇ ਦੇ, ਉਹ ਸਾਰੇ ਹੀ ਇਸ ਗੱਲ ਦੇ ਬਹੁਤ ਬਹੁਤ ਮੁਬਾਰਕਾਂ ਦੇ ਪਾਤਰ ਨੇ। ਅਤੇ ਅੱਗੇ ਵਾਸਤੇ ਵੀ ਮੇਰੀ ਇਹੀ ਬੇਨਤੀ ਹੈ ਕਿ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਬਹੁਤ ਵਧੀਆ, ਸਾਰੇ ਆਪਣੇ ਜਿੰਨੇ ਵੀ ਉਰੇ ਅਫਸਰ ਸਾਹਿਬ ਨੇ, ਉਹ ਸਾਰੇ ਪੂਰੇ ਫਗਵਾੜੇ ਨੂੰ ਆਪਣਾ ਇੱਕ ਪਰਿਵਾਰ ਸਮਝ ਕੇ ਹੀ ਕੰਮ ਕਰ ਰਹੇ ਨੇ। ਅਤੇ ਸਾਡੇ ਸਿਵਲ ਪ੍ਰਸ਼ਾਸਨ ਵੱਲੋਂ ਵੀ ਇਹੋ ਜਿਹੀ ਮਤਲਬ ਕਾਰਵਾਈ ਚੱਲ ਰਹੀ ਆ, ਅਤੇ ਸ਼ੁਕਰ ਹੈ ਪਰਮਾਤਮਾ ਦਾ, ਬਹੁਤ ਵਧੀਆ ਗੱਲ ਆ ਵੀ ਜਿਹੜਾ ਤੁਸੀਂ ਇੱਕ ਦਾਇਰੇ 'ਚ ਰਹਿ ਕੇ ਆਪਣਾ ਜੋ ਵੀ ਪ੍ਰਦਰਸ਼ਨ ਕਰ ਰਹੇ ਹੋ। ਅਤੇ ਦੁਬਾਰੇ ਮੈਂ ਫਿਰ ਬੇਨਤੀ ਇਹੀ ਕਰਦਾ ਵੀ ਤੁਹਾਡੀਆਂ ਇੰਨ ਬਿੰਨ ਜੋ ਵੀ ਹੈਗੇ ਨੇ ਉਹਨੂੰ ਜਾਣੂ ਕਰਾਵਾਂਗੇ ਅਤੇ ਸਭ ਨੂੰ ਆਪਣਾ ਹੱਕ ਮਿਲੇ। ਥੈਂਕ ਯੂ।